ਸਮਝਦਾਰ ਵਿਅਕਤੀ ਆਪਣੇ ਆਪ ਨੂੰ ਦੁਨੀਆ ਅਨੁਸਾਰ ਢਾਲ ਲੈਂਦਾ ਹੈ, ਜਦਕਿ ਨਾ ਸਮਝ ਵਿਅਕਤੀ ਦੁਨੀਆ ਨੂੰ ਆਪਣੇ ਅਨੁਸਾਰ ਢਾਲਣ ਦੀ ਕੋਸ਼ਿਸ਼ ਵਿੱਚ ਲੱਗਾ ਰਹਿੰਦਾ ਹੈ। ਇਸੇ ਕਰਕੇ ਸਾਰੀ ਦੀ ਸਾਰੀ ਤਰੱਕੀ ਨਾ ਸਮਝਾਂ ਉੱਤੇ ਹੀ ਨਿਰਭਰ ਕਰਦੀ ਹੈ। ਦਿਸ ਇਜ਼ ਸੋ ਪਾਵਰਫੁੱਲ ਫੋਰ ਮੀ ਐਂਡ ਆਈ ਵਿਲ ਟੈਲ ਯੂ ਵਾਈ। ਮੈਂ ਬਹੁਤੀਆਂ ਕਿਤਾਬਾਂ ਨਹੀਂ ਪੜ੍ਹਿਆ ਕਰਦਾ, ਪਰ ਜਦ ਕਿਸ਼ੋਰ ਉਮਰ 'ਚ ਸੀ ਮੇਰਾ ਵੱਡਾ ਵੀਰਾ ਆਉਂਦੇ ਜਾਂਦੇ ਮੈਨੂੰ ਕਿਤਾਬਾਂ ਦਿੰਦਾ ਕਿ ਸ਼ਾਇਦ ਮੈਂ ਭੁੱਲ ਭੁਲੇਖੇ ਪੜ੍ਹ ਲਵਾਂ। ਉਹਨਾਂ 'ਚੋਂ ਇੱਕ ਕਿਤਾਬ ਮੇਰੇ ਦਿਲ ਦੇ ਬਹੁਤ ਕਰੀਬ ਹੈ। ਉਹ ਕਿਤਾਬ ਦਰਅਸਲ ਇੱਕ ਡਾਇਰੀ ਹੈ ਜੋ ਸ਼ਹੀਦ ਭਗਤ ਸਿੰਘ ਆਪਣੀ ਜ਼ਿੰਦਗੀ ਦੇ ਆਖਰੀ ਵੇਲੇ ਜੇਲ੍ਹ 'ਚ ਬੈਠਾ ਲਿਖਿਆ ਕਰਦਾ ਸੀ। ਉਹ ਮੇਰੀ ਹੀ ਉਮਰ ਦਾ ਸੀ ਜਦ ਉਹਨੇ ਇਹ ਸਤਰਾਂ ਆਪਣੀ ਡਾਇਰੀ 'ਚ ਦਰਜ ਕੀਤੀਆਂ। ਕਿੰਨਾ ਪੱਕਾ ਸੀ ਉਹ ਆਪਣੇ ਮਕਸਦ ਦਾ, ਜੋ ਉਸਨੇ ਫੈਸਲੇ ਲਏ ਉਸ ਨੂੰ ਚੰਗੀ ਤਰ੍ਹਾਂ ਅੰਦਾਜ਼ਾ ਸੀ ਕਿ ਆਉਣ ਵਾਲਾ ਕੱਲ੍ਹ ਕਿਵੇਂ ਦਾ ਹੋਵੇਗਾ। ਜੀ, ਮੇਰਾ ਨਾਮ ਇੰਦਰਪ੍ਰੀਤ, ਪਿੰਡ ਝਬਾਲ, ਜ਼ਿਲ੍ਹਾ ਤਰਨ ਤਾਰਨ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਗ੍ਰੈਜੂਏਟ ਅਤੇ ਹੁਣ ਇੰਡੀਅਨ ਸਕੂਲ ਆਫ ਡਿਵੈਲਪਮੈਂਟ ਮੈਨੇਜਮੈਂਟ ਤੋਂ ਵਿਕਾਸ ਪ੍ਰਬੰਧਨ ਦੀ ਪੜ੍ਹਾਈ ਕਰ ਰਿਹਾ ਹਾਂ। ਮੇਰੇ ਪਰਿਵਾਰ 'ਚ ਅਸੀਂ 6 ਜੀ ਹਾਂ, 4 ਭੈਣ ਭਰਾ ਅਤੇ ਮੈਂ ਸਭ ਦਾ ਛੋਟਾ ਅਤੇ ਲਾਡਲਾ। ਮਾਮੇ, ਚਾਚੇ, ਤਾਏ, ਮਾਸੀਆਂ, ਅੱਗੋਂ ਉਹਨਾਂ ਦੇ ਜਵਾਕ, ਮੇਰੇ ਵੱਡੇ ਕਜ਼ਨ ਭੈਣ ਭਰਾ। ਮੈਂ ਹਮੇਸ਼ਾ ਸੋਚਿਆ ਕਰਦਾ ਸੀ ਮੈਂ ਕਦੋਂ ਵੱਡਾ ਹੋਊਂਗਾ ਅਤੇ ਆਪਣੇ ਫੈਸਲੇ ਆਪ ਲਵਾਂਗਾ। ਛੋਟੇ ਤੋਂ ਛੋਟਾ ਮੈਂ ਕਿਹੜਾ ਕੱਪੜਾ ਪਾਉਣਾ ਅਤੇ ਵੱਡੇ ਫੈਸਲੇ ਮੈਂ ਆਪਣੀ ਜ਼ਿੰਦਗੀ 'ਚ ਕੀ ਕਰਨਾ ਚਾਹੁੰਦਾ ਹਾਂ। ਇਸੇ ਸਵਾਲ ਦਾ ਜਵਾਬ ਲੱਭਦੇ ਲੱਭਦੇ ਅੱਜ ਮੇਰੀ ਸ਼ਖਸੀਅਤ ਤੁਹਾਡੇ ਸਾਹਮਣੇ ਹੈ। ਅਸੀਂ 7 ਜਾਣੇ ਸੀ, 2 ਮੇਰੇ ਜੂਨੀਅਰ ਜਿਨ੍ਹਾਂ ਨੂੰ ਜਿੱਦਾਂ ਕਿੱਦਾਂ ਮੈਂ ਇਨਫਲੂਐਂਸ ਕਰ ਲਿਆ, 4 ਮੇਰੇ ਜਿਗਰੀ ਦੋਸਤ, ਉਹਨਾਂ ਨੂੰ ਆਉਣਾ ਪੈਣਾ ਸੀ, ਅਕਸਰ ਮੇਰੇ ਦੋਸਤ ਆ। ਅਸੀਂ 500-500 ਰੁਪਈਆ ਪਾ ਕੇ 3500 ਰੁਪਏ ਦੇ ਨਾਲ ਆਈ ਰਿਸਪੋਂਸੀਬਲ ਅੰਮ੍ਰਿਤਸਰ ਦੀ ਸ਼ੁਰੂਆਤ ਕੀਤੀ। ਇੱਥੋਂ ਮੇਰੇ ਸਵਾਲ ਦੇ ਜਵਾਬ ਦੀ ਖੋਜ ਸ਼ੁਰੂ ਹੁੰਦੀ ਹੈ। 89% ਆਏ ਸੀ ਮੇਰੇ 10ਵੀਂ 'ਚ। ਮੈਨੂੰ ਅੱਜ ਵੀ ਯਾਦ ਹੈ ਮੇਰੇ ਸਕੂਲ ਦਾ ਉਹ ਦਫ਼ਤਰ, ਮੈਂ ਇੱਕ ਨੁੱਕਰ 'ਚ ਬੈਠਾ ਸੀ, ਸਾਹਮਣੇ ਮੇਰੇ ਪ੍ਰਿੰਸੀਪਲ ਸਰ ਅਤੇ ਨਾਲ ਦੇ ਪਾਸੇ ਮੇਰੇ ਫਾਦਰ ਸਾਹਿਬ। ਮੇਰੀ ਜਿੱਦ ਇਹ ਸੀ ਮੈਂ ਸਿਵਲ ਸਰਵਿਸਿਜ਼ ਕਰਨਾ ਚਾਹੁੰਦਾ ਅਤੇ ਆਰਟਸ ਦੀ ਪੜ੍ਹਾਈ ਪੜ੍ਹਨੀ ਹੈ। ਪ੍ਰੋਬਲਮ ਇਹ ਕਿ 99% ਵਾਲੇ ਆਰਟਸ ਨਹੀਂ ਪੜ੍ਹਿਆ ਕਰਦੇ। ਉਹਨਾਂ ਦੇ ਦਿੱਤੇ ਦਲੀਲਾਂ ਅਤੇ ਜ਼ੋਰ ਨੇ ਮੈਨੂੰ ਸਮਝ ਨਹੀਂ ਸੀ ਕਿ ਮੈਂ ਕੀ ਕਰਾਂ। ਮੈਂ ਰੋਣਾ ਸ਼ੁਰੂ ਕਰ ਦਿੱਤਾ ਅਤੇ ਘਰ ਵਾਪਸ ਆ ਗਏ। ਘਰ ਵਾਪਸ ਆ ਕੇ ਆਈ ਟੋਲਡ ਮਾਈ ਫਾਦਰ ਮਾਈ ਡਿਸੀਜ਼ਨ, ਆਈ ਵਾਂਟ ਟੂ ਡੂ ਹਿਊਮੈਨਿਟੀਜ਼ ਐਂਡ ਵਨ ਡੇ ਆਈ ਵਿਲ ਗੋ ਟੂ ਸਟੱਡੀ ਇਨ ਯੂਨੀਵਰਸਿਟੀ। ਉਹਨਾਂ ਕੁਝ ਜਵਾਬ ਨਾ ਦਿੱਤਾ, ਸ਼ਾਇਦ ਗੁੱਸੇ 'ਚ ਸੀ, ਪਰ ਮੈਂ ਆਰਟਸ ਕੀਤੀ ਅਤੇ 2 ਸਾਲਾਂ ਬਾਅਦ ਮੈਂ ਯੂਨੀਵਰਸਿਟੀ 'ਚ ਸੀ। ਹੁਣ ਮੇਰਾ ਪੂਰਾ ਫੋਕਸ ਸਿਵਲ ਸਰਵੈਂਟ ਬਣਨ 'ਤੇ ਸੀ। ਮੈਨੂੰ ਜਦੋਂ ਵੀ ਕੋਈ ਸਮੱਸਿਆ ਰੜਕਦੀ ਮੈਂ ਸਵਾਲ ਪੁੱਛਦਾ ਅਤੇ ਜਵਾਬ ਇਹ ਆਉਂਦਾ ਕਿ ਇਹ ਅਫਸਰਾਂ ਦੇ ਕੰਮ ਹਨ। ਸ਼ਾਇਦ ਇਸੇ ਕਰਕੇ ਮੈਂ ਆਪ ਅਫਸਰ ਬਣਨ ਦੀ ਧਾਰੀ ਹੋਈ ਸੀ। ਪਬਲਿਕ ਸਰਵੈਂਟ ਬਣ ਕੇ ਮੈਂ ਸੇਵਾ ਕਰਨੀ ਚਾਹੁੰਦਾ ਸੀ, ਪਰ ਹੁਣ ਕਿਤਾਬੀ ਪੜ੍ਹਾਈਆਂ ਤੋਂ ਮੇਰਾ ਵਿਸ਼ਵਾਸ ਉੱਡਦਾ ਜਾਂਦਾ ਸੀ। ਮੇਰਾ ਸਵਾਲ ਇਹ ਸੀ ਕੋਈ ਇਕੱਲੀ ਕਿਤਾਬੀ ਪੜ੍ਹਾਈਆਂ ਪੜ੍ਹ ਕੇ ਚੰਗਾ ਸੇਵਕ ਜਾਂ ਚੰਗਾ ਅਫਸਰ ਕਿਵੇਂ ਬਣ ਸਕਦਾ ਹੈ। ਤਿੱਬਤੀ ਗੁਰੂ ਦਲਾਈ ਲਾਮਾ ਜੀ ਦਾ ਕਥਨ ਹੈ, ਦੇਰ ਆਰ 2 ਡੇਜ਼ ਨਥਿੰਗ ਕੈਨ ਬੀ ਡਨ, ਵਨ ਇਜ਼ ਟਮੋਰੋ, ਦ ਅਦਰ ਵਨ ਇਜ਼ ਯੈਸਟਰਡੇ, ਟੂਡੇ ਇਜ਼ ਦ ਰਾਈਟ ਡੇ ਟੂ ਡੂ, ਲਿਵ ਐਂਡ ਬਿਲੀਵ। ਦ ਡੇ ਆਈ ਰਿਅਲਾਈਜ਼ ਦ ਪਾਵਰ ਆਫ ਦਿਸ ਥੋਟ, ਆਈ ਵਾਜ਼ ਲਾਈਕ, ਸੇਵਾ ਤਾਂ ਅੱਜ ਤੋਂ ਸ਼ੁਰੂ ਹੋਏਗੀ। ਮੈਂ ਹੋਰਾਂ ਲੋਕਾਂ ਨੂੰ ਜੋੜਨਾ ਸ਼ੁਰੂ ਕੀਤਾ ਅਤੇ ਅਸੀਂ 7 ਜਾਣਿਆਂ ਨੇ ਆਈ ਰਿਸਪੋਂਸੀਬਲ ਬਣਾਇਆ। ਮੇਰੇ ਪ੍ਰੋਫੈਸਰ ਮੇਰੇ ਇਸ ਫੈਸਲੇ ਤੋਂ ਖੁਸ਼ ਹੋ ਕੇ ਹਮੇਸ਼ਾ ਕਿਹਾ ਕਰਦੇ, ਅਕੇਲਾ ਹੀ ਚਲਾ ਥਾ ਜਨਾਬੇ ਮੰਜ਼ਿਲ, ਲੋਕ ਜੁੜਤੇ ਗਏ ਔਰ ਕਾਰਵਾਂ ਬਣਤਾ ਗਿਆ। ਦ ਡੇ ਆਈ ਲੈਫਟ ਆਈ ਰਿਸਪੋਂਸੀਬਲ ਅੰਮ੍ਰਿਤਸਰ, ਵੀ ਹੈਡ 50 ਵੋਲੰਟੀਅਰਸ, ਹੰਡਰਡਸ ਆਫ ਯੂਥ ਵਾਜ਼ ਇਨਵੋਲਵਡ ਇਨਡਾਇਰੈਕਟਲੀ। ਅਸੀਂ ਅੰਮ੍ਰਿਤਸਰ ਪ੍ਰਸ਼ਾਸਨ ਦੇ ਨਾਲ ਕੰਮ ਕੀਤਾ, ਟ੍ਰੈਫਿਕ ਪੁਲਿਸ ਅਤੇ ਕਈ ਐਨ ਜੀ ਓ ਦੇ ਨਾਲ ਵੋਲੰਟੀਅਰ ਕੰਮ ਕੀਤਾ, ਜਿਹਦੇ 'ਚ ਯੂਥ ਨੂੰ ਸਮਾਜਿਕ ਅਤੇ ਜਨਹਿਤ ਕੰਮਾਂ ਦੇ ਬਾਰੇ ਜਾਣਕਾਰੀ ਮਿਲਦੀ ਸੀ। ਆਈ ਰਿਸਪੋਂਸੀਬਲ 3 ਸਾਲਾਂ ਤੋਂ ਅੱਜ ਵੀ ਚੱਲ ਰਿਹਾ ਹੈ। ਮੇਰੇ ਨੌਜਵਾਨ ਸਾਥੀ ਜਿਨ੍ਹਾਂ ਦੀ ਲੀਡਰਸ਼ਿਪ ਵਿੱਚ, ਉਹ ਇਕੱਲਾ ਪੰਜਾਬ 'ਚ ਹੀ ਨਹੀਂ, ਨਵਾਂ ਚੈਪਟਰ ਆਈ ਰਿਸਪੋਂਸੀਬਲ ਗੁੜਗਾਉਂ ਵੀ ਸ਼ੁਰੂ ਹੋਇਆ। ਆਈ ਰਿਸਪੋਂਸੀਬਲ ਦਾ ਮਕਸਦ ਮੇਰੀ ਯੂਨੀਵਰਸਿਟੀ ਦੇ ਕੋਰਸ ਦੇ ਨਾਲ ਪੂਰਾ ਹੋਇਆ। ਹੁਣ ਮੇਰੇ ਦਿਮਾਗ 'ਚ ਸੀ ਮੈਂ ਆਪਣੀ ਜ਼ਿੰਦਗੀ 'ਚ ਅੱਗੇ ਕੀ ਕਰਨਾ ਹੈ। ਮੈਂ ਲਾਅ ਦੀ ਪੜ੍ਹਾਈ ਦੀ ਸੋਚੀ ਅਤੇ
एग्जाम की तैयारी भी करनी शुरू की, पर मेरे दिमाग च कुछ होर चल रहा सी। आई वॉज़ नॉट फीलिंग स्ट्रोंगली अबाउट इट। मैं 7 साल का सी जदों मेरी दादी पूरी हुई, उन्होंने कैंसर सी, PGI से इलाज चलता सी। डॉक्टर ने मेरे बाप नूं जवाब दिता कि बहुता खर्चा करन दी लोड़ नहीं, 3-4 महीने हो रहा, माई की सेवा करो। उस दिन गया, मेरी दादी 23 साल जी के गई। मैं उस परिवार का बच्चा हाँ जो मैनू सिखाया तो समझाया गया वो तो बिल्कुल उल्ट समाज देख रहा हाँ। बजुर्गों लई कोई मोह ही नहीं, मेरे कोल उस बुढ़े बाबे का दुख नहीं जरिया जाता जिन्हों मैं पूछा बाबा तेरा घर कित्थे आ, मैं छड आउना। बाबे ने अगों जवाब दिता बेटा घर घर नहीं रहा, हुण बच्चे वड्डे हो गए आ, ना तो समा वा ना घर च जगह। उधर मेरे लॉ दे पेपर दी डेट आ गई सी, मैं दिल्ली पेपर भी देन गया, पर मेरा मकसद कुछ होर सी। मैं बिना पेपर दिते घर वापस चला गया। घरदियां पुछया किदां दा होया पेपर, दैन आई टोल्ड माई पेरेंट्स माई डिसीजन, आई नीड 1 ईयर, मैनू 1 साल होर चाहिए, तो जिहड़ा पैसा तुसीं मेरे कोर्स लई देना मैं इत्थे लाउणा चाहुंदा, अगे दी पढ़ाई मैं आप करूँगा। औखा सी पर उह मन गए। अमृतसर छोटे जे शहर च 9 बिरध घर हन। मैं कल्ले कल्ले बिरध घर जा के बजुर्गों की समस्या नूं समझना शुरू किया, तो 100 तों वध बजुर्गों नाल मुलाकातां कीतियां। उन्हां दे अथरुआं नाल मेरा टिच्चा होर मजबूत होंदा गया, जिसका सदका स्पी होण च आया। स्पी सोसाइटी फॉर प्रोडक्टिव एंगेजमेंट एंड एंटरटेनमेंट फॉर एल्डरली। असी एक बिरध घर सरब आसरा नाल रल के पायलट प्रोजेक्ट किया जिदे विच बुजुर्गों के रजावे लई प्रोग्राम है। उन्हां लई रजावा बहुत जरूरी है, तो असी उन्हां दे मानसिक अते शरीरक रुझावे दे नाल खुशहाली लैके आउण दी कोशिश कीती। उस प्रोजेक्ट नूं चलाउण च 1 साल दा संघर्ष लगा, तो मैनूं माण है मैं वो फैसला लिया। द क्यूटेस्ट थिंग ऑन दिस प्लैनेट आई फाउंड इज़ अ स्माइल ऑन रिंकल्ड फेस। भावें मेरी दादी अज इत्थे नहीं, पर लखां बजुर्ग जो इस प्यार इस माण दे हकदार हन, मैं उन्हां लई ये कर रहा हाँ। मैं जिंदगी चो जो सिख्या, हर किसी का जिंदगी चो कोई मकसद होंदा, एंड लाइफ इज़ ऑल अबाउट टेकिंग डिसीजन एंड मेकिंग चॉइसिस टू फुलफिल दैट परपस। जे असी अपने फैसले आप ना लए तो कोई होर लएगा, पर साड़ी जिंदगी का मकसद कोई होर किवें जान सकता है। मेरे लिए सब तो डरावना यह है कि कल नूं बैठा मैं ना पछतावा कि काश मैं ये फैसला लिया होंदा। यू आर नैवर टू यंग टू टेक योर डिसीजन, ट्रस्ट मी। एंड इस करके भगत सिंह ऑलवेज इंस्पायर्ड मी। लोग उसनू ना समझ कहिंदे सन, पर पक्का सी अपने मकसद का रता डोलिया नहीं। उस दियां आखरी लिखतां चों ये सत्रां उस दे निश्चे की गवाही भर दियां ने। मेरे कोल कोई चेहरा संबोधन कोई नहीं, धरती दा चला इश्क शायद मेरा है, ते इसे करके जापदा मैं हर चीज़ उत्ते हवा वांगू सरसरा के लंघ जावांगा। सज्जनों मेरे लंघ जाण तों मगरों भी मेरे फिकर दी बांह फड़ी रखना। 30 जून 2018 इज़ द ग्रेजुएशन डे ऑफ माई कोर्स एट ISTM, वेयर ऑल माई फैलो मेट्स आर प्रिपेयरिंग and excited about the placement I have decided for myself. I'm going back to the work which I started, SPEEE, my organization, to bring as many smiles I can bring to the elderly people in this life. Mainu behad khushi hundi hai jadon mere dost, mere parivar te rishtedaran cho koi mainu na samajh kehnda hai. Dhanwad. जे तुहानूं मेरी टॉक वधिया लगी इहनूं लाइक करो, कमेंट करो, शेयर करो, ते जोश टॉक दे चैनल नूं सबसक्राइब करना ना भुल्यो।